ਸ਼੍ਰੀ ਅਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਅਹਿਮ ਖਬਰਾਂ ਦਾ ਵਿਸ਼ੇਸ਼ ਬੁਲਟਨ ਕਰੋਨਾ ਤੇ ਪੀਐਮ ਮੋਦੀ ਨੇ ਵੀ ਜੋੜੇ ਹੱਥ YouTube ਤੇ ਭਾਸ਼ਣ ਨੂੰ ਮਿਲ ਰਹੇ ਨੇ ਡਿਸਲਾਈਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਮਹੀਨਿਆਂ ਚ 7ਵੀਂ ਵਾਰ ਦੇਸ਼ ਦੇ ਨਾਮ ਸਨੇਹਾ ਲੈ ਕੇ ਆਏ ਸਪਸ਼ਟ ਤੌਰ ਤੇ ਉਹਨਾਂ ਦਾ ਇਹ ਸਨੇਹਾ ਵੀ ਕਰੋਨਾ ਤੇ ਹੀ ਸੀ ਉਹ 12 ਮਿੰਟ ਬੋਲੇ ਕਬੀਰ ਦਾਸ ਦੇ ਇੱਕ ਦੋਹੇ ਦਾ ਜ਼ਿਕਰ ਕੀਤਾ ਰਾਮਚ੍ਰਿਤ ਮਾਨਸ ਚ ਲਿਖੀ ਗੱਲ ਦੱਸੀ ਇਹਨਾਂ ਧਰਮਾਂ ਦੇ 6 ਤਿਉਹਾਰਾਂ ਨਵਰਾਤਰੀ ਦੁਸ਼ਹਿਰਾ ਈਦ ਦੀਵਾਲੀ ਛੱਠ ਪੂਜਾ ਤੇ ਗੁਰਨਾਨਕ ਜਨਮ ਦਿਨ ਦਾ ਜ਼ਿਕਰ ਕੀਤਾ ਫਿਰ ਵਿਹਾਰ ਚ VOTING ਤੋਂ 8 ਦਿਨ ਪਹਿਲਾਂ ਉਹਨਾਂ ਨੇ ਅਪੀਲ ਕੀਤੀ ਜਦੋਂ ਤੱਕ ਕਰੋਨਾ ਦੀ ਦਵਾਈ ਨਹੀਂ ਉਦੋਂ ਤੱਕ ਢਿੱਲ ਨਹੀਂ ਮੋਦੀ ਰਦੇਸ਼ ਦੇ ਨਾਮ ਸਨੇਹ ਤੋਂ ਪਹਿਲਾਂ ਭਾਜਪਾ ਦੇ YouTube ਚੈਨਲ ਤੇ ਲਾਈਕ ਤੋਂ ਜ਼ਿਆਦਾ ਡਿਸਲਾਈਕ ਸਨ ਜਦੋਂ ਮੋਦੀ ਦਾ 12 ਮਿੰਟ ਦਾ ਭਾਸ਼ਣ ਖਤਮ ਹੋਣ ਨੂੰ ਸੀ ਤਾਂ ਭਾਜਪਾ ਨੇ ਆਪਣੇ ਚੈਨਲ ਤੋਂ ਡਿਸਲਾਈਕ ਦੇ ਨੰਬਰ ਛੁਪਾ ਦਿੱਤੇ ਅਕਾਲੀ ਦਲ ਵੱਲੋਂ ਬਿਆਨ ਜਾਰੀ ਸਾਰੇ ਵਿਧਾਇਕ ਅਸਤੀਫਾ ਦੇਣ ਨੂੰ ਤਿਆਰ ਸ਼੍ਰੋਮਣੀ ਅਕਾਲੀ ਦਲ ਨੇ ਇਹ ਐਲਾਨ ਕੀਤਾ ਕਿ ਕੇਂਦਰ ਤੋਂ ਕਿਸਾਨਾਂ ਦੇ ਹੱਕ ਲੈਣ ਵਾਸਤੇ ਪਾਰਟੀ ਦੇ ਸਾਰੇ ਵਿਧਾਇਕ ਸਮੂਹਕ ਤੌਰ ਤੇ ਅਸਤੀਫਾ ਦੇਣ ਲਈ ਤਿਆਰ ਹਨ ਅਕਾਲੀ ਦਲ ਵੱਲੋਂ ਕਿਹਾ ਗਿਆ ਹੈ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਅਲਟੀਮੇਟਮ ਤੋਂ ਬਾਅਦ ਖੇਤੀ ਬਿੱਲ ਪੇਸ਼ ਕੀਤੇ ਹਨ ਪਰ ਪੰਜਾਬ ਦੇ ਕਿਸਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਅਕਾਲੀ ਦਲ ਦੇ ਵਿਧਾਇਕ ਅਗੂ ਵਿਕਰਮਜੀਤ ਸਿੰਘ ਮਜੀਠੀਆ ਤੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਹੁਣ ਸਪਸ਼ਟ ਹੈ ਕਿ ਕਾਂਗਰਸ ਸਰਕਾਰ ਜੋ ਵਿਸ਼ੇਸ਼ ਸੈਸ਼ਨ ਸਦਨ ਤੋਂ ਭੱਜ ਰਹੀ ਸੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਦਿੱਤੇ ਅਲਟੀਮੇਟਮ ਕਾਰਨ ਸੈਸ਼ਨ ਸਦਨ ਲਈ ਮਜਬੂਰ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਕਿਸਾਨ ਭਰਾਵਾਂ ਦੀ ਅਸਲ ਜਿੱਤ ਹੈ ਜਿਨ੍ਹਾਂ ਨੇ ਕੈਪਟਨ ਅਵਿੰਦਰ ਸਿੰਘ ਨੂੰ ਆਪਣੇ ਕਟਕੜ ਕਲਾਮ ਵਾਲੇ ਹਾਲੀਚ ਦਿੱਤੇ ਬਿਆਨ ਤੋਂ ਪਿੱਛੇ ਹਟਣ ਲਈ ਮਜਬੂਰ ਕੀਤਾ। ਕਿਸਾਨਾਂ ਨੂੰ 2.5 ਏਕੜ ਤੱਕ ਦੀ ਜ਼ਮੀਨ ਦੀ কুরਕੀ ਤੋਂ ਮਿਲੇਗੀ ਛੋਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਮੂਹ ਸਿਆਸੀ ਪਾਰਟੀਆਂ ਆਪਣੀ ਸਰਕਾਰ ਦੇ ਚਾਰ ਇਤਿਹਾਸਕ ਬਿੱਲਾਂ ਨੂੰ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕਰਨ ਦੀ ਅਪੀਲ ਕੀਤੀ ਹੈ। ਇਹਨਾਂ ਇਤਿਹਾਸਕ ਬਿੱਲਾਂ ਵਿੱਚ ਹੋਰਨਾ ਉਪਬੰਧਾਂ ਤੋਂ ਇਲਾਵਾ ਖੇਤੀਬਾੜੀ ਕਰਾਰ ਤਹਿਤ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਲੀ ਕੀਮਤ ਤੇ ਝੋਨਾ ਜਾਂ ਕਣਕ ਦੀ ਖਰੀਦ ਕਰਨ ਤੇ ਘੱਟੋ-ਘੱਟ 3 ਸਾਲ ਦੀ ਸਜ਼ਾ ਤੇ ਜੁਰਮਾਨੇ ਕਿਸਾਨਾਂ ਨੂੰ 2.5 ਏਕੜ ਤੱਕ ਦੀ ਜ਼ਮੀਨ ਦੀ ਕੁਰਕੀ ਤੋਂ ਛੋਟ, ਖੇਤੀ ਉਤਪਾਦਾਂ ਦੀ ਜਮ੍ਹਾਂ ਖੋਰੀ ਅਤੇ ਕਾਲਾ ਬਾਜ਼ਾਰੀ ਤੋਂ ਛੁਟਕਾਰਾ ਪਾਉਣ ਦੀ ਵਿਵਸਥਾ ਸ਼ਾਮਲ ਕੀਤੀ ਗਈ ਹੈ। ਰਾਜਪਾਲ ਨੇ ਬਿੱਲ ਤੇ ਦਸਤਕਤ ਨਾ ਕੀਤੇ ਤਾਂ ਕਾਨੂੰਨੀ ਲੜਾਈ ਲੜਾਂਗੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਰਾਜਪਾਲ ਵੀ ਪੀ ਸਿੰਘ ਬਦਨੌਰ ਪੰਜਾਬ ਦੇ ਪਾਸ ਕੀਤੇ ਗਏ ਬਿੱਲ ਤੇ ਦਸਤਕਤ ਨਹੀਂ ਕਰਨਗੇ ਤਾਂ ਕਾਨੂੰਨੀ ਲੜਾਈ ਲੜੀ ਜਾਵੇਗੀ ਹਾਲਾਂਕਿ ਉਮੀਦ ਹੈ ਕਿ ਰਾਜਪਾਲ ਇਸ ਵਾਰ ਧਿਆਨ ਦੇਣਗੇ ਕਿਉਂਕਿ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਲਿਆ ਗਿਆ ਫੈਸਲਾ ਹੈ ਇਹ ਪੰਜਾਬ ਵਿਧਾਨ ਸਭਾ ਦੀ ਆਵਾਜ਼ ਹੈ 2 ਤੋਂ 5 ਨਵੰਬਰ ਦੇ ਦਰਮਿਆਨ ਉਹਨਾਂ ਕੋਲ ਸਮਾਂ ਹੈ ਉਹ ਜੋ ਵੀ ਸਮਾਂ ਦੇਣਗੇ ਪੰਜਾਬ ਵਿਧਾਨ ਸਭਾ ਦੇ तमाम ਵਿਧਾਇਕ ਉਹਨਾਂ ਨਾਲ ਮੁਲਾਕਾਤ ਕਰਨਗੇ ਤਾਂ ਦੋਸਤੋ ਇਹ ਸਾਨ ਦਿਨ ਭਾਦ ਦੀਆਂ ਕੁਝ ਕੁ ਅਹਿਮ ਖਬਰਾਂ ਹਰ ਰੋਜ਼ ਤੁਹਾਡੇ ਲਈ ਵੱਡੀਆਂ ਖਬਰਾਂ ਦਾ ਵਿਸ਼ੇਸ਼ ਬੁਲਟਨ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ